ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਪਤਨੀ ਦੀ ਮੌਤ ਹੋ ਗਈ ਔਰ ਉਸਦਾ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਰਨਾਲਾ ਬਾਈਪਾਸ ਤੇ ਸੈਂਟੀਨਲ ਸਕੂਲ ਦੇ ਕੋਲ ਇਹ ਦਰਦਨਾਕ ਭਾਣਾ ਵਾਪਰ ਗਿਆ। ਪਤੀ ਦੀਆਂ ਅੱਖਾਂ ਦੇ ਮੂਹਰੇ ਉਸਦੀ ਪਤਨੀ ਦੀ ਦਰਦਨਾਕ ਮੌਤ ਹੋ ਗਈ। ਦਰਅਸਲ ਇਹ ਦੋਵੇਂ ਜਾਣੇ ਬਾਈਕ ਤੇ ਸਵਾਰ ਸੀ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਵਿੱਚ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਔਰ ਉਸਦਾ ਪਤੀ ਜ਼ਖਮੀ ਹੋ ਗਿਆ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਦੇ ਵਿੱਚੋਂ ਪਤਨੀ ਨੇ ਮੌਕੇ ਤੇ ਹੀ ਦਮ ਤੋੜਿਆ। ਜ਼ਖਮੀ ਪਤੀ ਨੂੰ ਸਮਰਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਜ਼ਖਮੀ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। ਮ੍ਰਿਤਕ ਦੀ ਪਹਿਚਾਣ ਪਵਿੱਤਰ ਕੌਰ ਉਮਰ 55 ਸਾਲ, ਜ਼ਖਮੀ ਗੁਰਪ੍ਰੀਤ ਸਿੰਘ 58 ਸਾਲ ਵਜੋਂ ਹੋਈ। ਬਜ਼ੁਰਗ ਪਤੀ ਪਤਨੀ ਪਿੰਡ ਮਾਨਕੀ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਦੇ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਭਾਣਾ ਵਾਪਰ ਗਿਆ। ਰੋਡ ਐਕਸੀਡੈਂਟ ਹੋਇਆ ਸੀ। ਹਾਂਜੀ, ਪਿੱਛੇ ਨਾ ਮਤਲਬ ਛੰਦਣਾ ਪਿੰਡ ਤੋਂ ਉਹ ਨਾ ਗੁਰਪ੍ਰੀਤ ਸਿੰਘ ਆਪਣੀ ਮੁਸੇ ਦੇ ਨਾਲ ਪਿੰਡ ਮਾਨਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟੀਨਲ ਸਕੂਲ ਦੇ ਮੋੜ ਦੇ ਉੱਪਰ ਭਿਆਨਕ ਐਕਸੀਡੈਂਟ ਹੋਇਆ, ਜਿਹਦੇ ਵਿੱਚ ਉਹਨਾਂ ਦੀ ਪਤਨੀ ਡੈਥ ਹੋ ਗਈ। ਕੌਣ ਕੌਣ ਸੀਗੇ? ਦੋਨੇ ਬਜ਼ੁਰਗ ਸੀਗੇ ਜੀ, ਇੱਕ ਲੇਡੀ ਸੀ, ਇੱਕ ਜੈਂਟ ਸੀ। ਕਿੱਥੋਂ ਕਿੱਥੇ ਜਾ ਰਹੇ ਸੀਗੇ ਉਹ? ਤੇ ਆਪਣੇ ਲੁਧਿਆਣੇ ਸਾਈਡ ਤੋਂ ਮਾਨਕੀ ਜਾ ਰਹੇ ਸੀ ਕਿਸੇ ਭੋਗ ਤੇ, ਰਸਤੇ ਚ ਇਹਨਾਂ ਦਾ ਕਿਸ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ, ਇਹ ਕਿਸ ਚੀਜ਼ ਦੇ ਸੀਗੇ? ਇਹ ਜਿਹੜੇ ਬਜ਼ੁਰਗ ਜੋੜਾ ਬਜ਼ੁਰਗ ਸੀਗੇ ਜੀ, ਇਹ ਸੀਗੇ ਆਪਣੇ ਮੋਟਰਸਾਈਕਲ ਤੇ ਜੀ, ਤੇ ਇੱਕ ਸ਼ਕਤਕਾਰ ਸੀ ਜੀ ਜੋ ਕਿ ਥਾਣੇ ਦੇ ਹਵਾਲੇ ਕਰਕੇ ਜੀ ਡਰਾਈਵਰ ਨੇ ਥਾਣੇ ਵਾਲੇ ਕਾਰਵਾਈ ਕਰਨੀ। ਇਹਨਾਂ ਦੇ ਕਿੰਨੀਆਂ ਕੁ ਸੱਟਾਂ ਨੇ? ਸੱਟ ਤਾਂ ਜੀ ਆਪਣੇ ਹਸਪਤਾਲ ਭੇਜਦੇ ਸੀਗੇ ਜੀ ਐਬੂਲੈਂਸ ਮੰਗਾ ਕੇ, ਤੇ ਉਹਦਾ ਕਿਹੜੀ ਜਾਗੋ ਸੀਗੇ ਜੀ। ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ? ਬਜ਼ੁਰਗ ਬੀਬੀ ਦੀ ਤਾਂ ਸਿੱਧੀਆਂ ਜ਼ਿਆਦਾ ਸੀਗੀ ਜੀ, ਤੇ ਉਹਦਾ ਵੀ ਮੇਰਾ ਖਿਆਲ ਵੀ ਸ਼ਾਇਦ ਮੁਸ਼ਕਿਲ ਆ ਜੀ ਉਹਨਾਂ ਦਾ। ਤੇ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ? ਉਹਨਾਂ ਦੇ ਵੀ ਸੱਟਾਂ ਹੈਗੀਆਂ ਨੇ ਪਰ ਮੂੰਹ ਤੇ ਜ਼ਿਆਦਾ ਨੇ ਜੀ, ਉਹ ਵੀ ਹਸਪਤਾਲ ਦਾਖਲ ਕਰਾ ਦੇ ਸਮਰਾਲੇ। ਸਾਡੇ ਕੋਲ ਇੱਕ ਐਕਸੀਡੈਂਟ ਆਇਆ ਸੀਗਾ ਜੀ, ਸੈਂਟਰਲ ਸਕੂਲ ਦੇ ਕੋਲ ਹੋਇਆ ਸਮਰਾਲੇ ਵਿੱਚ। ਦੋ ਪੇਸ਼ੈਂਟ ਆਏ ਸੀ, ਓਲਡ ਏਜ ਕਪਲ ਸੀਗਾ, ਇੱਕ ਸਟੇਸ਼ਨ ਨਾਮ ਗੁਰਦੀਪ ਸਿੰਘ 58 ਸਾਲ ਉਮਰ ਹੈ ਤੇ ਇੱਕ ਸੁਰਿੰਦਰ ਕੌਰ ਉਹਨਾਂ ਦੀ ਵਾਈਫ 55 ਈਅਰਸ। ਕੀ ਹਾਲਤ ਹੈ? ਸੀਗੇ ਪਰ ਨੈਕ ਦੇ ਵਿੱਚ ਉਹਨਾਂ ਦੇ ਜ਼ਿਆਦਾ ਨਾ ਸੀ।